सत श्री अकाल जी सारिआं नूं ते सारे दर्शकां नूं मेरा नमस्कार। ते अज असीं अपनियां रिपीटर कॉल दे जिहड़ा प्रोटोकॉल शुरू कीते सीगे उहदा तीसरा इंजैक्शन जिहड़ा लगा रहे हां ते नाल रख रहे हां सीडर। पहले भी असीं सीडर रखे सीगे ते इन्ना वधिया रिजल्ट नहीं आया, पर इस बार असीं फिर सीडर रख के ट्राई कर रहे हां तां कि जिहड़ियां साडियां रिपीटर कॉल आ उह गबन हो जान। ते सारी गलबात असीं कर लैने सरदार जी दे नाल। हाँ जी, सत श्री अकाल जी सारिआं नूं। इहदी रिसेप्टल आपां लाउण जा रहे हां ते नाल सीडर रख रहे हां। इस तों बाद इह 6G6 वाला प्रोटोकॉल आ, हुण इह तों बाद इहनां नूं शुरू हो जाणा अज तों, मतलब उह 7 डे वाला 079 ते अज 0 डे ला लो। ਅੱਜ ਆਪਾਂ ਇਹਨਾਂ ਦੇ ਆ ਰੱਖਦੇ ਪਏ ਹਾਂ ਰਿਸੈਪਟਲ ਦੇ ਨਾਲ ਲਾ ਕੇ, ਨਾਲ ਇੱਕ ਟੀਕਾ ਵਿਟਾਮਿਨ ਦਾ 5 ml ਅਤੇ ਨਾਲ ਆਪਾਂ ਰਿਸੈਪਟਲ 5 ml ਲਾ ਰਹੇ ਹਾਂ ਅਤੇ ਨਾਲ ਆਪਾਂ ਰੱਖ ਰਹੇ ਹਾਂ ਸੀਡਰ ਪ੍ਰੋਜੈਸਟਰੋਨ ਕੈਟਲ ਇਨਸਰਟ ਸੀਡਰ। ਸੀਡਰ ਦਾ ਮਿਲ ਮਤਲਬ ਹੁੰਦਾ ਕੰਟਰੋਲ ਇਨਸਾਈਡ ਡਰੱਗ ਰਿਲੀਜ਼। ਆਪਾਂ ਵਿਟਾਮਿਨਸ ਦਾ ਟੀਕਾ, ਵਿਟਾਮਿਨ ਏ ਹੈਲਪ ਕਰਦਾ ਗਲੈਂਡ ਨੂੰ ਓਵੋਲੂਸ਼ਨ ਦੇ। ਹੁਣ ਆਪਾਂ ਜਿਹੜੀ ਸੀਡਰ ਰੱਖੀ ਆ ਉਹ ਉਹਨੇ ਪ੍ਰੋਜੈਸਟਰੋਨ ਹਾਈ ਰੱਖਣਾ ਅਤੇ ਉਹਦੇ ਵਿੱਚ ਨਹੀਂ ਇਹ ਗਾਂ ਕਦੀ ਵੀ ਬੋਲੂਗੀ। ਅਤੇ 7ਵੇਂ ਦਿਨ ਆਪਾਂ ਸੀਡਰ ਕੱਢ ਕੇ ਇਹਨੂੰ ਲਗਾ ਦੇਣਾ ਲੂਟਲਾਈਜ਼ ਜਾਂ ਵੈਟਮੈਂਟ ਜਾਂ ਇੰਸਟਰੂਮੈਂਟ। ਉਹਦੇ ਨਾਲ ਕੀ ਹੋਏਗਾ ਕਿ ਗਾਈ ਓਵਲਿਊਟ ਬਿਲਕੁਲ ਸਹੀ ਕਰੇਗੀ, ਲੈ ਬਹੁਤ ਸਹੀ ਕਰੂਗੀ ਅਤੇ ਅੰਡਾ ਖਾਰਜ ਹੋਣ ਦੇ ਹੈਲਪ ਕਰੂਗਾ। ਉਨੇ ਦਿਨ ਜਿੰਨੇ ਦਿਨ ਅੰਦਰ ਸੀਡਰ ਰਹੂਗੀ ਇਹ ਹੀਟ 'ਚ ਨਹੀਂ ਆ ਸਕਦੀ। ਜਦੋਂ ਪ੍ਰੋਜੈਸਟਰੋਨ ਨੀਚੇ ਜਦੋਂ ਆਪਾਂ ਕੱਢ ਦਿਆਂਗੇ ਪ੍ਰੋਜੈਸਟਰੋਨ ਘੱਟ ਜਾਏਗਾ, ਈਸਟ੍ਰੋਜਨ ਵੱਧ ਜਾਏਗਾ ਅਤੇ ਗਾਂ ਹੀਟ 'ਚ ਆ ਜਾਏਗੀ। ਇੱਧਰ ਆ ਗਈ ਆ ਸਾਡੀ ਜਰਸੀ, ਇਹਨੂੰ ਵੀ ਰੱਖਾਂਗੇ ਸੀਡਰ। ਅਤੇ ਸੀਡਰ ਕਿਵੇਂ ਰੱਖਣਾ ਹੈ ਇਹਦੇ ਬਾਰੇ ਜਿਹੜੀ ਸਾਰੀ ਜਾਣਕਾਰੀ ਆ ਹੋਰ ਲੈਂਦੇ ਹਾਂ। ਨਾਲ ਦੇਖੋ ਗੰਨ ਨੂੰ ਆਪਾਂ ਇਹਦੇ ਪਾਣੀ ਵਿੱਚ ਡੋਬ ਕੇ ਰੱਖਣਾ ਵਾ, ਜਿਹੜੀ ਆ ਬੀਟਾਡੀਨ ਵਾਲਾ ਪਾਣੀ ਦਾ ਘੋਲ ਬਣਾਇਆ। ਉਸ ਤੋਂ ਬਾਅਦ ਆਪਾਂ ਸੀਡਰ ਲੈਣੀ ਆ ਅਤੇ ਜਦੋਂ ਸੀਡਰ ਆਪਾਂ ਲਾਉਣੀ ਆ ਇਵੇਂ ਇਹਨੂੰ ਰੱਖਣਾ ਨੀਚੇ ਨੂੰ ਜਦੋਂ ਵੀ ਇਨਸਰਟ ਕਰਨੀ ਆ, ਤਾਂ ਕਿ ਜਦੋਂ ਆਪਾਂ ਗਾਂ ਦੇ ਅੰਦਰ ਲਾਈਏ ਤਾਂ ਆਹ ਅੰਦਰ ਨੂੰ ਹੋਵੇ ਬਾਹਰ ਨੂੰ ਨਾ ਹੋਵੇ, ਕਿਉਂਕਿ ਗਾਵਾਂ ਖਿੱਚ ਲੈਂਦੀਆਂ ਅਕਸਰ। ਪ੍ਰੋਜੈਸਟ ਹੋਣਾ ਮੇਰੇ ਹੱਥਾਂ ਨੂੰ ਵੀ ਲੱਗ ਗਿਆ ਅਤੇ ਇਸ ਤੋਂ ਬਾਅਦ ਆਪਾਂ ਇੱਥੇ ਇਹਨੂੰ ਲੁਬਰੀਕੇਟ ਕਰ ਲੈਣਾ। ਅਤੇ ਪਹਿਲਾਂ ਅਸੀਂ ਕਰ ਰਹੇ ਹਾਂ ਬੀਟਾਡੀਨ ਦੀ ਸਪਰੇਅ ਚੰਗੀ ਤਰ੍ਹਾਂ ਤਾਂ ਕਿ ਵਧੀਆ ਜਿਹੜੀ ਸਫਾਈ ਉਹ ਕਰ ਸਕੀ, ਸਾਰੀ ਗੰਦਗੀ ਵਗੈਰਾ ਜਿਹੜੀ ਆ ਉਹ ਖਤਮ ਕਰ ਦੇਣੀ ਆ। ਬੀਟਾਡੀਨ ਦੀ ਸਪਰੇਅ ਕੀਤੀ ਆ, ਡਬਲ ਅਸੀਂ ਕਰਦੇ ਪਏ ਹਾਂ ਅਤੇ ਨਾਲ ਇਹ ਅਲਕੋਹਲ ਸਲੈਬ ਆ ਇਹਦੇ ਉੱਤੇ ਟਿਸ਼ੂ ਪੇਪਰ ਤੇ ਸਪੈਲਟ ਲਗਾਈ ਆ ਤਾਂ ਕਿ ਕੋਈ ਵੀ ਗੰਦਗੀ ਜਿਹੜੀ ਆ ਉਹ ਨਾ ਰਹਿ ਜੇ ਤੇ ਬਾਅਦ ਵਿੱਚ ਕਲੀਨਿੰਗ ਤੋਂ ਬਾਅਦ ਜਿਹੜਾ ਵਾ ਸੀਡਰ ਰੱਖਿਆ ਜਾਏਗਾ। ਹੁਣ ਪਾ ਕੇ ਆਪਾਂ ਲੁਬਰੀਕੇਸ਼ਨ ਕੋਈ ਵੀ ਲੁਬਰੀਕੈਂਟ ਤੇ ਹੁਣ ਰੱਖ ਰਹੇ ਹਾਂ ਸੀਡਰ ਕਰਕੇ। ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਕੱਟ ਦਾਂਗੇ ਤਾਂ ਕਿ ਕੋਈ ਗਾਂ ਇਹਨੂੰ ਖਿੱਚ ਨਾ ਦੇਵੇ ਮੂੰਹ 'ਚ ਪਾ ਕੇ। ਵੈਸੇ ਵੀ ਅੰਦਰ ਨੂੰ ਰੱਖਣਾ ਵਾ ਤੇ ਕੱਟ ਵੀ ਦੇਣਾ ਥੋੜਾ ਜਿਹਾ। ਤੇ ਸਾਰਾ ਜਿਹੜਾ ਪੇਪਰ ਵਰਕ ਆ ਉਹ ਕਾਪੀ ਤੇ ਕਰ ਲਿਆ ਜਾਂਦਾ ਵਾ ਤਾਂ ਕਿ ਕੋਈ ਚੀਜ਼ ਛੁੱਟ ਨਾ ਜਾਏ ਤੇ ਸਾਨੂੰ ਪਤਾ ਲੱਗ ਜਾਏ ਕਿ ਕਿਹੜੀ ਕਿਹੜੀ ਤਰੀਕ ਦੇ ਉੱਪਰ ਬਾਕੀ ਜਿਹੜਾ ਟ੍ਰੀਟਮੈਂਟ ਆ ਬਾਕੀ ਜਿਹੜਾ ਪ੍ਰੋਟੋਕੋਲ ਆ ਅਸੀਂ ਅੱਗੇ ਚਲਾਉਣਾ ਹੈ। ਤੇ ਇਹਨੂੰ ਲੱਗ ਰਿਹਾ ਹੁਣ 5 ml ਰਿਸੈਪਟਰ ਤੇ 5 ml ਹੀ ਇਹਨੂੰ ਜਿਹੜਾ ਅਸੀਂ ਲਾਵਾਂਗੇ ਵਿਟਾਮਿਨ ਦਾ ਇੰਜੈਕਸ਼ਨ। ਤੇ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰੀ ਦੱਸਦਾ ਕਿ ਜਦੋਂ ਵੀ ਅਸੀਂ ਆਪਣੀਆਂ ਗਾਵਾਂ ਦਾ ਪ੍ਰੋਟੋਕੋਲ ਸ਼ੁਰੂ ਕੀਤਾ ਸੀਗਾ ਤੇ ਇਹਨਾਂ ਨੂੰ ਪਹਿਲਾਂ ਪੂਰੀ ਤਰ੍ਹਾਂ ਪ੍ਰਿਪੇਅਰ ਕਰ ਲਿਆ ਸੀਗਾ ਪ੍ਰੋਟੋਕੋਲ ਵਾਸਤੇ। ਇਹਨਾਂ ਦੇ ਮਿਨਰਲ ਦੇ ਇੰਜੈਕਸ਼ਨ ਵੀ ਦਿੱਤੇ ਸੀ, ਵਿਟਾਮਿਨ ਦੇ ਵੀ ਦਿੱਤੇ ਸੀ ਤੇ ਬੱਚੇਦਾਨੀ ਦੀ ਕਲੀਨਿੰਗ ਵੀ ਪਹਿਲਾਂ ਹੀ ਕੀਤੀ ਸੀ।
ਤਾਂ ਕਿ ਅਸੀਂ ਜਿਹੜਾ ਖਰਚਾ ਕਰ ਰਹੇ ਹਾਂ ਪ੍ਰੋਟੋਕਾਲ ਦੇ ਉੱਤੇ ਉਹਦੇ ਸਾਨੂੰ ਜਿਹੜੇ ਰਿਜ਼ਲਟ ਆ ਉਹ ਵਧੀਆ ਮਿਲਣ।